ਨਿਤਿਨ ਗਡਕਰੀ ਨੇ ਟੈਕਸੀ ਐਂਬੂਲੈਂਸ ਸੇਵਾ ਨੂੰ ਦਿਖਾਈ ਹਰੀ ਝੰਡੀ। ਟਰਾਂਸਪੋਰਟ ਤੇ ਹਾਈਵੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੈਗਨ ਕੈਬ ਦੀ ਟੈਕਸੀ ਐਂਬੂਲੈਂਸ ਸੇਵਾ ਨੂੰ ਰਾਜਧਾਨੀ ਦਿੱਲੀ ਵਿੱਚ ਹਰੀ ਝੰਡੀ ਦਿਖਾਈ। ਵੈਗਨ ਕੈਬ ਇਸ ਤਰ੍ਹਾਂ ਦੀਆਂ 200 ਐਂਬੂਲੈਂਸ ਟੈਕਸੀਆਂ ਪਹਿਲੇ ਪੜਾਅ 'ਚ ਚਲਾ ਰਹੀ ਹੈ। ਇਹਨਾਂ ਟੈਕਸੀਆਂ ਨੂੰ ਮੈਡੀਕਲ ਪਹਿਲੂਆਂ ਦੀ ਜਾਣਕਾਰੀ ਵਾਲੇ ਚਾਲਕ ਹੀ ਚਲਾਉਣਗੇ। ਵੈਗਨ ਕੈਬ ਦਾ ਦਾਅਵਾ ਹੈ ਕਿ ਉਹ ਭਾਰਤ ਵਿੱਚ ਪਹਿਲੀ ਐਮਰਜੈਂਸੀ ਕੈਬ ਸਰਵਿਸ ਦੇਣ ਵਾਲੇ ਹਨ।